ਕਹਿੰਦੇ ਹਨ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਇਹ ਸਿੱਧ ਕਰਕੇ ਦਿਖਾਇਆ ਸੰਗਰੂਰ ਸ਼ਹਿਰ ਦੇ ਐਡਵੋਕੇਟ ਨਰਿੰਦਰਪਾਲ ਸਿੰਘ ਸਾਨੀ ਨੇ ਸੰਗਰੂਰ ਵਿੱਚ ਇੱਕ ਅਦਭੁਤ ਪ੍ਰਦਰਸ਼ਨੀ ਲਗਾਈ, ਜਿਸ ਵਿੱਚ ਪਹਿਲੀ ਸਦੀ ਤੋਂ ਲੈ ਕੇ ਗਲੀ ਵਾਲੇ ਪੈਸੇ ਤੋਂ ਲੈ ਕੇ ਜ਼ਿੰਬਾਬਵੇ ਦੇ 500 ਕਰੋੜ ਰੁਪਏ ਦਾ ਨੋਟ ਦਿਖਾਇਆ ਗਿਆ। ਇਹ ਪ੍ਰਦਰਸ਼ਨਕਾਰੀ ਦੇਖਣ ਦੇ ਲਈ ਸੰਗਰੂਰ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਨਰਿੰਦਰਪਾਲ ਸਿੰਘ ਸਾਨੀ ਨੇ ਕਿਹਾ ਕਿ ਮੈਨੂੰ ਇਹ ਸ਼ੌਕ 15 ਸਾਲ ਦੀ ਉਮਰ ਤੋਂ ਹੀ ਪੈ ਗਿਆ ਸੀ। ਉਹਨਾਂ ਨੇ ਕਿਹਾ ਕਿ ਮੇਰੀ ਭੈਣ ਮੁੰਬਈ ਤੋਂ ਆਏ ਅਤੇ ਕੁਝ ਦੇਸ਼ਾਂ ਦੇ ਸਿੱਕੇ ਲਿਆ ਕੇ ਮੈਨੂੰ ਦਿੱਤੇ, ਫਿਰ ਉਸ ਤੋਂ ਬਾਅਦ ਨੋਟ ਇਕੱਠੇ ਕਰਨ ਦਾ ਸ਼ੌਕ ਪੈ ਗਿਆ। ਉਹਨਾਂ ਨੇ ਕਿਹਾ ਕਿ ਪਹਿਲੀ ਸਦੀ ਤੋਂ ਲੈ ਕੇ ਅੱਜ ਦੇ ਜ਼ਮਾਨੇ ਵਿੱਚ ਜੋ ਹਾਲੇ ਤੱਕ ਪੈਸੇ ਮਾਰਕੀਟ ਵਿੱਚ ਆਏ ਹੀ ਨਹੀਂ, ਉਹ ਵੀ ਇੱਥੇ ਦਿਖਾਈ ਦਿੰਦੇ ਨੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੇ ਸਿੱਕੇ, ਆਜ਼ਾਦੀ ਤੋਂ ਪਹਿਲੇ ਦੇ ਸਿੱਕੇ ਦੇਖਣ ਦੇ ਲਈ ਲੋਕ ਉੱਥੇ ਪਹੁੰਚੇ ਅਤੇ ਦੇਖ ਕੇ ਹੈਰਾਨ ਵੀ ਹੋ ਗਏ। ਇਹ ਜੋ ਸਿੱਕੇ ਨੇ ਫਸਟ ਸਦੀ ਤੋਂ ਲੈ ਕੇ ਹੁਣ ਤੱਕ ਦੇ ਜਿਹੜੇ ਗੌਰਮੈਂਟ ਨਵੇਂ ਸਿੱਕੇ ਕੱਢ ਰਹੀ ਹੈ, ਜਿਵੇਂ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਇਆ, ਉਹਦਾ 400 ਸਾਲਾਂ ਦਾ ਸਿੱਕਾ ਵੀ ਹੁਣ ਨਿਕਲਿਆ। ਗੁਰੂ ਨਾਨਕ ਪਾਤਸ਼ਾਹ ਦਾ 550 ਜਨਮ ਪ੍ਰਕਾਸ਼ ਦਿਹਾੜੇ ਦੇ ਸਿੱਕੇ ਨਿਕਲੇ ਨੇ, ਉਹ ਸਿੱਕੇ ਵੀ ਇਹਦੇ ਵਿੱਚ ਲੱਗੇ ਹੋਏ ਨੇ। ਸਮਝੋ 10 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦਾ ਸਿੱਕਾ, 10 ਦਾ, 20 ਦਾ, 25 ਦਾ, 50 ਦਾ, 60, 75, 100, 125, 150, 200, 500, 1000 ਰੁਪਏ ਤੱਕ ਦਾ ਸਿੱਕਾ ਕਲੈਕਸ਼ਨ 'ਚ ਲੱਗਿਆ ਹੋਇਆ ਹੈਗਾ। ਫੈਂਸੀ ਨੰਬਰ ਨੇ, ਜਿਵੇਂ ਇੱਕ ਇੱਕ ਨੰਬਰ ਦੇ 80-80 ਨੋਟ ਲਾਏ ਨੇ, ਇੱਕੋ ਨੰਬਰ ਹੈ, ਸੀਰੀ ਬਦਲ ਰਹੀ ਹੈ, ਪਰ 80-80 ਨੋਟ ਇੱਕੋ ਕੰਟਰੀ ਦੇ ਲੱਗੇ ਨੇ, ਇੱਕੋ ਨੰਬਰ ਦੇ ਲੱਗੇ ਨੇ। ਇਸ ਤਰ੍ਹਾਂ ਮੇਰੇ ਬਰਥਡੇ ਦੇ ਸਾਰੀ ਫੈਮਿਲੀ ਦੇ ਨੋਟ ਲਾਏ ਨੇ, ਜਿਵੇਂ ਮੇਰੇ ਬਰਥਡੇ ਦਾ ਸੇਮ ਨੰਬਰ ਹੈ, ਬੇਟੇ ਦਾ, ਮੈਰਿਜ ਯੂਨੀਵਰਸਿਟੀ ਦਾ, ਬੇਟੀ ਦਾ, ਨੂੰਹ ਦਾ, ਪੋਤੀ ਦਾ, ਉਹ ਸਾਰੇ ਬਰਥਡੇ ਨੋਟ ਇਹਦੇ ਵਿੱਚ ਕਲੈਕਸ਼ਨ 'ਚ ਲਾਏ ਗਏ ਨੇ। ਜਿਸ ਤਰ੍ਹਾਂ 0101001 ਨੰਬਰ ਤੋਂ ਲੈ ਕੇ 02020 100 ਤੱਕ ਇਹ ਸਾਰੇ ਲਾਏ ਨੇ। ਡਿਫਰੈਂਟ ਕੰਟਰੀ ਦਾ ਪੂਰਾ ਸੈੱਟ ਲਾਇਆ, ਜਿਵੇਂ ਅਮੈਰੀਕਾ ਦਾ $1, $2, $5, $10, $20, $50, $100, ਉਹ ਸਾਰਾ ਲਾਇਆ। ਗੁਰੂ ਨਾਨਕ ਪਾਤਸ਼ਾਹ ਦਾ ਸਿੱਕਾ 1617 ਦਾ, ਈਸਟ ਇੰਡੀਆ ਕੰਪਨੀ ਦਾ, ਮਹਾਂਕਾਲੀ ਕਲਕੱਤੇ ਵਾਲੀ ਹੈ 1617 ਦਾ, ਹਾਫ ਆਨਾ ਈਸਟ ਇੰਡੀਆ ਕੰਪਨੀ ਦਾ, ਇਹ ਇਸ ਕਲੈਕਸ਼ਨ 'ਚ ਲੱਗਿਆ ਹੋਇਆ। ਅਮੈਰੀਕਾ ਦੇ $1/4 56 ਸਟੇਟਾਂ ਨੇ, ਹਰੇਕ ਸਟੇਟ ਦਾ ਇੱਕ ਇੱਕ ਯਾਦਗਾਰੀ ਸਿੱਕਾ, ਉਹ 56 ਸਟੇਟਾਂ ਦਾ ਇਸ ਕਲੈਕਸ਼ਨ 'ਚ ਲੱਗਿਆ ਹੋਇਆ। ਸ਼ੌਂਕ ਮੈਂ 15 ਕੁ ਸਾਲ ਦਾ ਸੀਗਾ ਜਦੋਂ ਮੇਰੇ ਸਿਸਟਰ ਬੰਬੇ ਤੋਂ ਆਏ, ਮੇਰੇ ਜੀਜਾ ਜੀ ਫੋਰਨ ਗਏ ਸੀ, ਉਹ ਉੱਥੋਂ ਫੋਰਨ ਦੇ 10-15 ਸਿੱਕੇ ਉਹ ਲੈ ਆਏ, ਉਹਨਾਂ ਨੇ ਜਦੋਂ ਮੈਨੂੰ ਦਿੱਤੇ ਮੈਨੂੰ ਸ਼ੌਂਕ ਪੈਦਾ ਹੋ ਗਿਆ ਵੀ ਮੈਂ ਫੋਰਨ ਦੇ ਕੰਟਰੀ ਸਿੱਕੇ ਕਰਨੇ ਆ। ਪਹਿਲਾਂ ਮੈਂ ਆਪਣੀ ਸ਼ੌਂਕ ਨੂੰ ਫੋਰਨ ਦੇ ਸਿੱਕੇ ਬਹੁਤ ਸਾਰੇ, ਅੱਜ ਮੇਰੇ ਕੋਲ 5-10 ਹਜ਼ਾਰ, 15 ਹਜ਼ਾਰ ਸਿੱਕਾ ਫੋਰਨ ਦਾ ਹੈਗਾ।